ਸਾਗਾ ਹਿੱਟਸ ਦੇ ਵੱਲੋਂ ਆਪਣੇ ਸ਼ੋਅ ਚੂਰ ਚੂਰ ਗੱਲਾਂ ਵਿਦ ਲੈਜੈਂਡਸ ਦਾ ਟੀਜ਼ਰ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਬਾ ਕਮਾਲ ਅਤੇ ਸੀਨੀਅਰ ਅਦਾਕਾਰ ਗੱਗੂ ਗਿੱਲ, ਯੋਗਰਾਜ ਸਿੰਘ ਅਤੇ ਸਰਦਾਰ ਸੋਹੀ, ਅਤੇ ਇਸ ਦੇ ਨਾਲ ਹੀ ਇਸ ਮੌਕੇ ਇਸ ਸ਼ੋਅ 'ਚ ਨਵੀਂ ਪੀੜ੍ਹੀ ਦੇ ਨਾਲ ਵੀ ਰੂਬਰੂ ਕਰਵਾਇਆ ਗਿਆ ਹੈ। ਇਸ ਟੀਜ਼ਰ 'ਚ ਸਾਨੂੰ ਜੰਨਤ ਜ਼ੁਬੈਰ, ਦਿਲਰਾਜ ਗਰੇਵਾਲ ਅਤੇ ਹੱਸੀ ਅਤੇ ਠਹਾਕਿਆਂ ਦੇ ਬਾਦਸ਼ਾਹ ਜਸਵੰਤ ਸਿੰਘ ਵੀ ਨਜ਼ਰ ਆ ਰਹੇ ਨੇ, ਜਿਨ੍ਹਾਂ ਦੀ ਫਿਲਮ ਕੁਲਚੇ ਛੋਲੇ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਗੀਤ ਰੂਹ ਤਾਂ ਪਹਿਲਾਂ ਹੀ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਟੀਜ਼ਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕਲਾਕਾਰਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਨਿੱਜੀ ਤਜੁਰਬਿਆਂ ਨੂੰ ਸਾਂਝਾ ਕਰ ਖੂਬ ਇੰਜੋਏ ਕੀਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਸਾਗਾ ਹਿੱਟਸ ਇਸੇ ਤਰ੍ਹਾਂ ਦੇ ਨਵੇਂ ਪ੍ਰੋਜੈਕਟਸ ਲਿਆਉਂਦਾ ਰਹੇਗਾ ਅਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਐਂਟਰਟੇਨ ਕਰਦਾ ਰਹੇਗਾ। ਸਾਗਾ ਹਿੱਟਸ ਦੇ ਵੱਲੋਂ ਆਪਣੇ ਸ਼ੋਅ ਚੂਰ ਚੂਰ ਗੱਲਾਂ ਵਿਦ ਲੈਜੈਂਡਸ ਦਾ ਟੀਜ਼ਰ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਬਾ ਕਮਾਲ ਅਤੇ ਸੀਨੀਅਰ ਅਦਾਕਾਰ ਗੱਗੂ ਗਿੱਲ, ਯੋਗਰਾਜ ਸਿੰਘ ਅਤੇ ਸਰਦਾਰ ਸੋਹੀ, ਅਤੇ ਇਸ ਦੇ ਨਾਲ ਹੀ ਇਸ ਮੌਕੇ ਇਸ ਸ਼ੋਅ 'ਚ ਨਵੀਂ ਪੀੜ੍ਹੀ ਦੇ ਨਾਲ ਵੀ ਰੂਬਰੂ ਕਰਵਾਇਆ ਗਿਆ ਹੈ। ਇਸ ਟੀਜ਼ਰ 'ਚ ਸਾਨੂੰ ਜੰਨਤ ਜ਼ੁਬੈਰ, ਦਿਲਰਾਜ ਗਰੇਵਾਲ ਅਤੇ ਹੱਸੀ ਅਤੇ ਠਹਾਕਿਆਂ ਦੇ ਬਾਦਸ਼ਾਹ ਜਸਵੰਤ ਸਿੰਘ ਵੀ ਨਜ਼ਰ ਆ ਰਹੇ ਨੇ, ਜਿਨ੍ਹਾਂ ਦੀ ਫਿਲਮ ਕੁਲਚੇ ਛੋਲੇ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਗੀਤ ਰੂਹ ਤਾਂ ਪਹਿਲਾਂ ਹੀ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਟੀਜ਼ਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕਲਾਕਾਰਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਨਿੱਜੀ ਤਜੁਰਬਿਆਂ ਨੂੰ ਸਾਂਝਾ ਕਰ ਖੂਬ ਇੰਜੋਏ ਕੀਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਸਾਗਾ ਹਿੱਟਸ ਇਸੇ ਤਰ੍ਹਾਂ ਦੇ ਨਵੇਂ ਪ੍ਰੋਜੈਕਟਸ ਲਿਆਉਂਦਾ ਰਹੇਗਾ ਅਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਐਂਟਰਟੇਨ ਕਰਦਾ ਰਹੇਗਾ। ਸਾਗਾ ਹਿੱਟਸ ਦੇ ਵੱਲੋਂ ਆਪਣੇ ਸ਼ੋਅ ਚੂਰ ਚੂਰ ਗੱਲਾਂ ਵਿਦ ਲੈਜੈਂਡਸ ਦਾ ਟੀਜ਼ਰ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਬਾ ਕਮਾਲ ਅਤੇ ਸੀਨੀਅਰ ਅਦਾਕਾਰ ਗੱਗੂ ਗਿੱਲ, ਯੋਗਰਾਜ ਸਿੰਘ ਅਤੇ ਸਰਦਾਰ ਸੋਹੀ, ਅਤੇ ਇਸ ਦੇ ਨਾਲ ਹੀ ਇਸ ਮੌਕੇ ਇਸ ਸ਼ੋਅ 'ਚ ਨਵੀਂ ਪੀੜ੍ਹੀ ਦੇ ਨਾਲ ਵੀ ਰੂਬਰੂ ਕਰਵਾਇਆ ਗਿਆ ਹੈ। ਇਸ ਟੀਜ਼ਰ 'ਚ ਸਾਨੂੰ ਜੰਨਤ ਜ਼ੁਬੈਰ, ਦਿਲਰਾਜ ਗਰੇਵਾਲ ਅਤੇ ਹੱਸੀ ਅਤੇ ਠਹਾਕਿਆਂ ਦੇ ਬਾਦਸ਼ਾਹ ਜਸਵੰਤ ਸਿੰਘ ਵੀ ਨਜ਼ਰ ਆ ਰਹੇ ਨੇ, ਜਿਨ੍ਹਾਂ ਦੀ ਫਿਲਮ ਕੁਲਚੇ ਛੋਲੇ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਗੀਤ ਰੂਹ ਤਾਂ ਪਹਿਲਾਂ ਹੀ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਟੀਜ਼ਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕਲਾਕਾਰਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਨਿੱਜੀ ਤਜੁਰਬਿਆਂ ਨੂੰ ਸਾਂਝਾ ਕਰ ਖੂਬ ਇੰਜੋਏ ਕੀਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਸਾਗਾ ਹਿੱਟਸ ਇਸੇ ਤਰ੍ਹਾਂ ਦੇ ਨਵੇਂ ਪ੍ਰੋਜੈਕਟਸ ਲਿਆਉਂਦਾ ਰਹੇਗਾ ਅਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਐਂਟਰਟੇਨ ਕਰਦਾ ਰਹੇਗਾ।